हाँ जी, सत श्री अकाल पंजाबीओ। मैं ताडा अपना रविंदर सिंह शेरगल और फारवी शेरगल बहुत बहुत स्वागत है ताडे अपने यूट्यूब चैनल ते जिहदा नाम है 0300 वाले। पहलो सरदार साहब दे टॉल देखो। ਸਤਿ ਸ਼੍ਰੀ ਅਕਾਲ ਸਾਰਿਆਂ। ਇਧਰ ਉਧਰ 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 ਕਿੱਧਰ ਕਿੱਧਰ ਇਧਰ 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 ਆਏ ਹਾਏ ਹਾਏ ਪੱਗ ਬੜੀ ਘੈਂਟ ਹੈ। ਹੋਰ ਗੱਲਾਂ ਨਹੀਂ। ਥੈਂਕ ਯੂ ਵੈਰੀ ਮੱਚ। ਬਾਕੀ ਸਾਰਿਆਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਪਿਆਰ ਤੇ ਅੱਜ ਨਾ ਚੱਲੇ ਆ ਮੜਾ ਕਿਤੇ ਤੇ ਮੰਮੀ ਤੇ ਮੈਂ ਪ੍ਰੈਂਕ ਕਰਨਾ ਸੀਗਾ। ਪਾਪਾ ਤੇ ਵੀ ਕਰਾਂਗੇ। ਪਾਪਾ ਘਰੇ ਆ ਤੇ ਮੈਂ ਮੰਮੀ ਨਾਲ ਕਿਤੇ ਚੱਲਾ ਆ। ਪ੍ਰੈਂਕ ਇੱਥੇ ਇੱਦਾਂ ਹੀ ਹੋ ਸਕਦਾ ਕਿ ਜਿੱਦਾਂ ਨਵ ਪਿੱਛੇ ਕੈਮਰਾ ਲੈ ਕੇ ਬਹਿ ਜੂਗਾ ਤੇ ਮੈਂ ਮੰਮੀ ਨਾਲ ਮੋਰਲੀ ਸੀਟ ਤੇ ਬਹਿ ਕੇ ਗੱਲਾਂ ਕਰਦਾ ਰਹਾਂ। ਹੈ ਨਾ ਪ੍ਰੈਂਕ ਆਪ ਹੀ ਦੇਖ ਲਿਓ। ਸ਼ਤਰੌਲ ਵੀ ਹੋ ਸਕਦੀ ਮੇਰੀ ਜਿੱਦਾਂ ਦੀ ਗੱਲਾਂ ਕਰਨ ਲੱਗਾ ਆ। ਅਤੇ ਬਾਕੀ ਮੈਨੂੰ ਡਰ ਰਿਹਾ, ਮੈਂ ਕਿਹਾ ਮੰਮੀ ਬਿਮਾਰ ਰਹਿੰਦੇ ਟੈਨਸ਼ਨ ਨਾ ਲੈ ਜਾਣ। ਬਾਕੀ ਦਵਾ ਦਵਾ ਮੈਂ ਦੱਸ ਦੇਣਾ ਕਿ ਨਹੀਂ ਨਹੀਂ ਮੈਂ ਝੂਠ ਬੋਲਦਾ। ਹੈਂ ਤਾਂ ਮੰਮੀ ਆ ਗਏ ਬਾਅਦ 'ਚ। ਸਾਰਿਆਂ ਨੂੰ ਮੈਂ ਇਹ ਦੱਸਣਾ ਚਾਹੁੰਦਾ ਹਾਂ ਕਿ ਇਹ ਪ੍ਰੈਂਕ ਵੀਡੀਓ ਆ, ਇਸ ਕਰਕੇ ਕੈਮਰਾ ਲੁਕੋ ਕੇ ਰੱਖਣਾ। ਇੱਦਾਂ ਦੀ ਹੀ ਵੀਡੀਓ ਬਣਨੀ ਸੀ। ਦੂਜੀ ਗੱਲ ਇਹ ਆ, ਪਹਿਲਾਂ ਥੋੜ੍ਹੀ ਥੋੜ੍ਹੀ ਆਵਾਜ਼ ਹੌਲੀ ਸੁਣਨੀ, ਤੁਹਾਨੂੰ ਬਲੋਰਾਂ ਦੀ ਆਵਾਜ਼ ਆਉਣੀ ਆ। ਬਾਅਦ 'ਚ ਜਦੋਂ ਮੰਮੀ ਨੇ ਲੜਨਾ ਜਾਂ ਮੇਰੀ ਸਰਵ ਸੁਣੀ ਨਾ, ਆਵਾਜ਼ ਉੱਚੀ ਹੋ ਜਾਣੀ। ਇਸ ਕਰਕੇ ਪੂਰੀ ਦੇਖਿਓ ਵੀਡੀਓ, ਅਤੇ ਬਾਅਦ 'ਚ ਪਾਪਾ ਨੇ ਵੀ ਸਰਵਿਸ ਕਰਨੀ ਆ, ਬਾਅਦ 'ਚ ਵਾਈਫ ਨਾਲ ਵੀ ਗੱਲ ਕਰੂੰਗਾ। ਪੂਰੀ ਵੀਡੀਓ ਜ਼ਰੂਰ ਦੇਖਿਓ। ਚੰਗਾ, ਮੰਮੀ ਨੇ ਬਹੁਤ ਜੁੱਤੀਆਂ ਮਾਰਨੀਆਂ, ਦੇਖ ਲਿਓ। ਮੰਮੀ ਮੇਰਾ ਵਿੱਚ 1% ਦਾ ਰੋਲ ਨਹੀਂ ਹੈਗਾ। ਮੈਂ ਕਿਤੇ ਨਹੀਂ ਨਾਲ ਨੂੰ ਗਿਆ। ਤੂੰ ਚੱਲ, ਤੂੰ ਜਾਂ ਤਾਂ ਤੈਨੂੰ ਬਤਾ ਦੋ ਕਿ ਤਾਂ ਤੂੰ ਰਹਿ। ਤੂੰ ਬਨ ਮੋੜ ਫੜਾ ਤੂੰ ਤੇਰੇ ਪੇ ਤੇ ਮੈਂ ਸੈਂਡ ਕਰਦੀ ਨਾ ਟੇ ਕਰਦਾ। ਮੈਂ ਸਾਡੇ ਕੋਲ ਕੋਈ ਚੀਜ਼ ਤੇ ਤੂੰ ਨਹੀਂ ਸਾਡੇ ਘਰ ਨਹੀਂ ਰਹਿ ਸਕਦਾ। ਮੈਂ ਨਕਲ ਕਰਦੇ ਗਿਆ ਤਾਂ ਤਾਂ ਨਾਰਮਲ ਜੀ ਗੱਲ ਆ। ਜੇ ਮੇਰਾ ਮੈਂ ਕਰਾਉਣਾ ਹੋਵੇ ਤੁਸੀਂ ਨਾਲ ਖੜੂਗੇ ਕਿ ਨਹੀਂ? ਮੈਂ ਤਾਂ ਸੋ ਜਿੱਤੀ ਮਰੂ ਸਿਰ 'ਚ ਤੇਰੇ ਨਾਲੇ ਹਰਾਮ ਦੀ ਨੇ ਜਨੇਟੇ ਨੇ ਪੱਟ ਕੇ ਰੱਖ ਦਿੱਤਾ। ਨਾ ਬੋਲੋ ਇਦਾਂ, ਨਾ ਬੋਲੋ ਉਹਦੇ ਨਾਲ। ਜੁੱਤੀਆਂ ਨਾ ਖਾਲੇ ਮੇ ਤੋਂ ਤੇ ਮੈਨੂੰ ਇਹ ਚੱਲ ਤੋ ਛੱਡ ਮੈਨੂੰ। ਕੋਈ ਗੱਲ ਨਾ, ਤੁਰ ਪਿਆ ਗੱਡੀ 'ਚ ਲੈ ਕੇ ਮੈਨੂੰ ਇਦਾਂ ਦੇ ਸੋਸ਼ੇ ਛੱਡਣ ਨੂੰ। ਸੋਸ਼ੇ ਜਿਹੜਾ ਜਿਹੜੇ ਤੁਹਾਨੂੰ ਉਦਾਂ ਤੁਹਾਨੂੰ ਤੁਹਾਨੂੰ ਘਰੇ ਜਾ ਕੇ ਦੱਸਿਆ ਉਹਨਾਂ ਨੂੰ, ਤੁਹਾਨੂੰ ਖੁੱਲ ਕੇ ਗੱਲ ਵੀ ਨਾ ਦੱਸ। ਪਾਪਾ ਨੂੰ ਪਤਾ ਆ, ਪਾਪਾ ਕੱਲ੍ਹ ਗਾਲਾਂ ਕੱਢਦੇ ਮੈਨੂੰ, ਕਹਿੰਦੇ ਤੂੰ ਬੀਅਰ ਬੜੀ ਪੀਨਾ ਅੱਜ ਕੱਲ੍ਹ। ਮੈਂ ਦੱਸਿਆ, ਮੈਂ ਕਿਹਾ ਤੂੰ ਚੱਲ ਦਫਾ ਹੋ ਮਰ ਜਾ ਕੇ ਵਿਆਹ ਕਰਾਉਣਾ ਜਾ ਜਾ ਖਰਾਬ ਆ। ਉਹ ਕਹਿੰਦੀ ਜੂਨਾ ਜੋਰਾ ਵਰ ਵੀ ਰਹਿ ਨਹੀਂ ਜੋ ਦੱਤ ਤਾਂ ਮੈਂ ਤਾਂ ਪੜਿਆ ਹੋ ਮੈਂ ਨਾ ਲੈਣ ਦਾ ਜੂਨਾ ਜੋਰੇ ਦੇ ਵਰ ਦੋ ਉਹਨੂੰ ਗੰਦੀ ਨੂੰ ਕੁੱਤੀ ਨੂੰ। ਤੂੰ ਸਾਲੇ ਹੱਸੀ ਗਿਆ ਨਾ, ਤੂੰ ਬੇਇੱਜ਼ਤੀ ਦੀ ਗੱਲ ਕਰ, ਤੂੰ ਵੀ ਬੋਲ ਕੁਛ। ਬੱਤਾਂ ਦਾ ਬਾਟੇ ਦਾ ਨਹੀਂ ਹਰਾਮ ਦੀ ਦੀ। ਇੱਕ ਗੱਲ ਸੁਣ ਲਓ, ਹਰਾਮ ਦੀ ਗਰੂਪ ਦੀ ਕਹਿਣ ਦੀ ਲੋੜ ਨਹੀਂ। ਬੇਸ਼ੱਕ ਅੱਜ ਦੇ ਕਰਨਾ ਕੁੜੀ ਦਾ ਖਰਨੂਰ ਨਾਮ ਹੈ। ਫੋਟੋ ਦਿਖਾਵਾਂ ਨਾ ਰਾਮ ਮੈਂ ਮੋਬਾਈਲ ਚੱਕ ਕੇ ਬਾਹਰ ਮਾਰੂੰ। Yes.
ਦੰਦੀਆਂ ਨਾ ਕੱਢ ਸੀਰੀਅਸ ਗੱਲ ਵਿਚ ਐਵੇਂ ਦੰਦੀਆਂ ਕੱਢੀ ਮੈਂ ਵਿਆਹ ਕਰਾਉਣਾ ਨੀ ਉਹਦਾ ਠੀਕ ਹੈ ਨਾ ਮਜ਼ਾਕ ਨਾ ਮਜ਼ਾਕ ਗੱਲ ਕਰੋ ਮੈਂ ਤੁਹਾਨੂੰ ਕਿਹਾ ਸੀ ਸਪੈਸ਼ਲ ਮੈਂ ਤੁਹਾਨੂੰ ਲੈ ਕੇ ਧੜਕਣ ਵੱਧ ਗਈ ਦੱਸਾਂ ਤੈਨੂੰ ਨਾ ਧੜਕਣ ਤੋਂ ਕੰਗਾ ਦੇ ਵੱਧ ਗਈ ਧੜਕਣ ਦੀ ਗੋਲੀ ਖਾਓ ਨਾ ਧੜਕਣ ਨਾ ਨਹੀਂ ਵੱਧ ਗਈ ਤੁਹਾਡੀ ਦੋ ਨਿਆਣੇ ਉਹ ਕਹਿੰਦੀ ਗਾਹ ਆਪਾਂ ਨਿਆਣਾ ਵੀ ਨਹੀਂ ਕਰਨਾ ਕੋਈ ਨਹੀਂ ਸਾਨੂੰ ਨਹੀਂ ਚਾਹੀਦੀ ਦੱਸਾਂ ਤੈਨੂੰ ਮੈਂ ਤੂੰ ਚਾਰ ਰੈਡਦਾ ਉਹ ਕਰੋ ਤੇਰੇ ਵਰਗੇ 20 ਤੇਰੇ ਫਿਰਦੇ ਆ ਇੱਕ ਮੁੰਡਾ ਬਾਹਰ ਤੇ ਇੱਕ ਬੋਰ ਵੜ ਦੇਣਾ ਹੈ ਕੋਈ ਨਹੀਂ ਕੱਢ ਦੇਣ ਠੀਕ ਜੋਰਾ ਹੈਗਾ ਮੇਰੇ ਜੋਰਾ ਤਾਂ ਮੈਂ ਲੈ ਕੇ ਜਾਣਾ ਨਾ ਜੋਰੀ ਦੀ ਗੱਲ ਨਹੀਂ ਦੱਤਾ ਜੁੱਤੀਆਂ ਦਾ ਸਿਰ ਨਾ ਗੰਜਾ ਨਾ ਕਰਕੇ ਰੱਖਦਾ ਤੇਰਾ ਮੈਂ ਜੋਰਾ ਦੇਣਾ ਤੈਨੂੰ ਜੋਰਾ ਜੁਨੀ ਮੈਂ ਲੈ ਕੇ ਜਾਣਾ ਮੈਂ ਤਾਂ ਪਛਾਣ ਵੀ ਨਹੀਂ ਲੈਣ ਦੋ ਤੇਰੇ ਵਰਗੇ ਗੰਦੇ ਦਾ ਆਪਾਂ ਮੈਂ ਜਿਹੜੀ ਸਿੱਧੀ ਗੱਲ ਮੁੱਕਦੀ ਆਪਾਂ ਪਿੰਡ ਵਾਲੇ ਗੱਲਾਂ ਕਰਨ 100 ਕਰਨ ਆਪਾਂ ਘਰੇ ਲਿਆਉਣੀ ਮੈਂ ਦੱਸਣਾ ਤੁਰੇ ਆ ਗਏ ਤਾਂ ਦਿਖਾ ਲੈ ਇੱਕ ਵਾਰੀ ਲੱਖਾਂ ਕਿੱਦਾਂ ਵੜਦੀ ਆ ਮੰਮੀ ਹਾਸੇ ਦੀ ਗੱਲ ਲੈਣ ਦੇ ਤੇ ਮੈਂ ਸੀਰੀਅਸ ਕਹਿਣ ਦਾ ਕਿ ਲੈਣੀ ਘਰੇ ਲੈ ਕੇ ਆਉਣੀ ਮੈਂ ਕਿ ਤੂੰ ਲਿਆ ਤਾਂ ਸਹੀ ਇੱਕ ਵਾਰ ਤਾਂ ਦਾ ਨਾ ਮਨ ਖੁਸ਼ ਹੋ ਜਾਊਗਾ ਦੇਖ ਤੂੰ ਲਿਖਾ ਦਿਆ ਰੂਹ ਖਿੜੂ ਕੀ ਕਹਿਣਾ ਹਾਂ ਹਾਂ ਬਈ ਹੈ ਗੰਦੀ ਹੁੰਦੀ ਨਾ ਕਰੋ ਉਹਨੂੰ ਐਵੇਂ ਬਿਨਾਂ ਮਤਲਬ ਗੰਦੀ 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 ਲਾਈ ਆ ਗੰਦੀ ਨਾ ਕਰੋ ਕੁੜੀਆਂ ਦੇ ਲੱਗੇ ਰਹਿੰਦੇ ਆ ਸਾਰਾ ਦਿਨ ਸ਼ਰਮ ਨਹੀਂ ਆਉਂਦੀ ਨਾ ਖਾਣ ਦਾ ਪੀਣ ਦਾ ਕਿਸੇ ਕੰਮ ਦਾ ਨਹੀਂ ਕੋਈ ਕੰਮ ਨਹੀਂ ਕਰਨਾ ਕੋਈ ਘਰ ਦਾ ਨਹੀਂ ਕੁਛ ਸਵਾਦ ਨਾ ਲੇਗਾ ਉਹਨੇ ਆਪ ਹੀ ਉਹ ਕਹਿੰਦੀ ਮੈਂ ਆਪ ਹੀ ਕੰਮ ਸਾਫ਼ ਕੰਮ ਕਰੇ ਮੈਂ ਬਣਾਉਂਦਾ ਕੰਮ ਕਰਦਾ ਹੈ ਨਹੀਂ ਉਹ ਨਹੀਂ ਬਣਾਉਂਦਾ ਜਿੰਨੇ ਜਿਹੜਾ ਇੱਦਾਂ ਦੇ ਲੋਕਾਂ ਨੂੰ ਬਲੌਗ ਹੁੰਦੇ ਨਾਲੇ ਬਲੌਗ ਨਹੀਂ ਪਤਾ ਨਹੀਂ ਕੀ ਹੁੰਦੇ ਆ ਜਿੰਨੇ ਜਿਹੜੋਨੇ ਗੰਦਾ ਕਰਦਾ ਫਿਰਦਾ ਤੁਸੀਂ ਫੋਨ ਤੇ ਗੱਲ ਤਾਂ ਕਰੋ ਨਾਲ ਮਾਈ ਨੰਬਰ ਲਾ ਲਾ ਮੈਂ ਰੱਖ ਦੂੰ ਮੈਂ ਨਾ ਛੁੱਟਾ ਤੇਰਾ ਹੀ ਬੜਾ ਫਿਰ ਦੱਸੋ ਫਿਰ ਉਹਦਾ ਮੰਮੀ ਤੇ ਸੀਰੀਅਸ ਗੱਲ ਨਹੀਂ ਲੈਣਾ ਤਾਂ ਮੈਂ ਮਜ਼ਾਕ ਕਰ ਦਿੰਦਾ ਤੁਹਾਨੂੰ ਲੱਗਦਾ ਅੱਜ ਵੀ ਮਜ਼ਾਕ ਹੀ ਕਰਦਾ ਹੋਣਾ ਹੈ ਮੈਂ ਨਹੀਂ ਸੀਰੀਅਸ ਗੰਦੀਆਂ ਗੱਲਾਂ ਲੈਂਦੀ ਹੁੰਦੀ ਗੰਦੀਆਂ ਗੱਲਾਂ ਨਹੀਂ ਹੈ ਮੈਂ ਨਾ ਗੰਦ ਜਿੱਦਣ ਲਿਆ ਕੇ ਤੁਹਾਡੇ ਮੂਰੇ ਖੜੀ ਕਰਤੀ ਆਪ ਹੀ ਸਾਂਭ ਲਿਓ ਛੋਟੀ ਭੈਣ ਹੈਗੀ ਆ ਕੋਈ ਬਕਵਾਸ ਨਾ ਕਰ ਤੁਸੀਂ ਉਹ ਵਿਚਾਰੀ ਵਿਹਲੀ ਹੋਣੀ ਧੀ ਨੂੰ ਤੋਰ ਕੇ ਇਹਨੂੰ ਧੀ ਦੇ ਨਾਲ ਇਹਨੂੰ ਮੁੜ ਕੇ ਮਾਂ ਨੂੰ ਕਹਿੰਦੀ ਤੂੰ ਲੈ ਮਾਂ ਨੂੰ ਲੈ ਉਹ ਵਿਚਾਰੀ ਨੇ ਕੀ ਕਰਨਾ ਆ ਉਹ ਵੀ ਰੋਲਦੀ ਫਿਰਦੀ ਉਹ ਕਿਤੇ ਮਾਂ ਵੀ ਲਿਆ ਮਗੇ ਹੌਲੀ ਹੌਲੀ ਪਹਿਲਾਂ ਕੋੜੀ ਤਾਂ ਲਿਆਈਏ ਨਹੀਂ ਨਹੀਂ ਮਾਮਾ ਧੀਆਂ ਇਕੱਠੀਆਂ ਹੀ ਲਿਆ ਉਹ ਤਾਂ ਪਾਪਾ ਨੂੰ ਸਲਾਹ ਕਰਕੇ ਹੀ ਆ ਨਹੀਂ ਨਹੀਂ ਕੋਈ ਨਹੀਂ ਪਾਪਾ ਨੂੰ ਵੀ ਚੰਗੀ ਲੱਗਦੀ ਆ ਪੇਰ ਚੰਗੀ ਲੱਗਦੀ ਆ ਪੇ ਨੂੰ ਕੀ ਪਾਪਾ ਨੂੰ ਮਾੜੀ ਲੱਗਦੀ ਆ ਇੱਕ ਹੋਰ ਆ ਜਾਂਦੀ ਉਹਦੀ ਹਾਂ ਇਹ ਤਾਂ ਗੱਲ ਸਹੀ ਉਹਦੀ ਇੱਕ ਪੇਰ ਦੀ ਨਾ ਹੋਰ ਮੇਰੀਆਂ ਦੋ ਤੋਂ ਮੰਮੀ ਹੋ ਜਾਣੀ ਮੈਂ ਤੇ ਮੰਮੀ ਮੇਰਾ ਦੀ ਗੰਦ ਦੀ ਗੰਦ ਗੁੰਦ ਨਾ ਕਹੋ ਮੈਂ ਸੁਪਰ ਸਟਾਰ ਆ ਚੁੱਲੇ ਜੋਣਾ ਸੁਪਰ ਸਟਾਰ ਹੀ ਜੀ ਨੂੰ ਚੁੱਲਾ ਚੁੱਲਾ ਨਾ ਕਹੋ ਜੇ ਕਿ ਮੇਰੇ ਫੈਨਸ ਨੂੰ ਪਤਾ ਲੱਗ ਗਿਆ ਨਾ ਕਿ ਇਦਾਂ ਬੋਲਦੀ ਉਹਨਾਂ ਦੀ ਮੰਮੀ ਤਾਂ ਉਹਨਾਂ ਨੇ ਵੱਡ ਵੜਾਂਗਾ ਕਰ ਦੇਣਾ ਕਤਲੇਆਮ ਦਾ ਚੱਲ
ਭੀੜ ਚੋਂ ਤਾਂ ਨਿਕਲ ਗਏ ਆ ਹੁਣ ਦੱਸੋ ਵੀ ਕੀ ਕਰਨਾ ਕੀ ਕਰਨਾ ਹੈ ਕੀ ਦੱਸ ਵਿਆਹ ਕਰਵਾਉਣਾ ਜੁੱਤੀਆਂ ਤਾਂ ਨਹੀਂ ਖਾਣੀਆਂ ਤੁਸੀਂ ਗੱਲ ਸੀਰੀਅਸ ਨਹੀਂ ਸੱਚੀ ਮਜ਼ਾਕ ਚ ਲਈ ਇਹਨੇ ਤੁਸੀਂ ਗੱਲ ਸੀਰੀਅਸ ਨਹੀਂ ਨਹੀਂ ਜੁੱਤੀਆਂ ਤਾਂ ਨਹੀਂ ਖਾਣੀਆਂ ਜੁੱਤੀਆਂ 100 ਮਾਰ ਲਿਓ ਪਰ ਸੱਚੀ ਹੈ ਨਾ ਸੱਚੀ ਗੱਲ ਬਤਾਈ ਗੱਲ ਮੈਂ ਤੇ ਸ਼ਰਮ ਨਹੀਂ ਆਉਂਦੀ ਗੱਲ ਕਰਦੇ ਨਹੀਂ ਸ਼ਰਮ ਨਹੀਂ ਆਉਂਦੀ ਜਦੋਂ ਉਹਨੇ ਕਿਹਾ ਸੀ ਨਾ ਕਿ ਕਹਿੰਦੀ ਜੋਰਾ ਤੇ ਜੁਨੀ ਮੈਂ ਦੋਨੀ ਪਾਲ ਕੋਲ ਕਿਉਂ ਕੀ ਲੱਗਦੀ ਸਾਡੇ ਜੋਰੇ ਜੁਨੀ ਦੀ ਉਹ ਕਹਿੰਦੀ ਹੈ ਤੇ ਪਿਆਰ ਕਰੂੰਗੀ ਤੇ ਪਿਆਰ ਚੱਲਦਾ ਹਾਂ ਸਾਰੀਆਂ ਮਸਟੰਡੀਆਂ ਚਲੋ ਜਿੱਦਾਂ ਦੀਆਂ ਵੀ ਆ ਪਰ ਆਪਾਂ ਲਿਆਉਣੀ ਆ ਤੁਹਾਨੂੰ ਮਸਟੰਡੀ ਲੱਗਣੀ ਆ ਤੈਨੂੰ ਸ਼ਰਮ ਨਹੀਂ ਆਉਂਦੀ ਕਾਦੀ ਸ਼ਰਮ ਨਹੀਂ ਆਉਂਦੀ ਜਦ ਮੈਂ ਕਹਿਣਾ ਹੈ ਕਿ ਤੁਹਾਨੂੰ ਕੀ ਪ੍ਰੋਬਲਮ ਆ ਸਾਂਭਣੀ ਮੈਂ ਚੱਲ ਸੌਂ ਖਾ ਤੂੰ ਮੇਰੀ ਸੌਂ ਨਹੀਂ ਖਾਣੀ ਦਿਲੋਂ ਕਹਿਣਾ ਮੇਰੀ ਦਿਲੋਂ ਕਹਿਣਾ ਸੱਚੀ ਹੈ ਗਈ ਗੱਲ ਤੈਨੂੰ ਹਰਦੀਪ ਜੀ ਕੀ ਕਮੀ ਨਹੀਂ ਸੀ ਹਰਦੀਪ ਜੀ ਕੋਈ ਕਮੀ ਨਹੀਂ ਮੈਨੂੰ ਹੁਣ ਪਿਆਰ ਦਾ ਕਿਹੜਾ ਪਿਆਰ ਫੇਰ ਹੋ ਗਿਆ ਪਿਆਰ ਜੇ ਹਰਦੀਪ ਦਾ ਪਿਆਰ ਕੱਚਾ ਹੋ ਗਿਆ ਕਰ ਹੋ ਗਿਆ ਨਹੀਂ ਉਦੋਂ ਮੈਂ ਪਾਸ ਮੈਨੂੰ ਨਹੀਂ ਲੱਗਦਾ ਉਹ ਮਜ਼ਾਕ ਕਰ ਰਿਹਾ ਮਜ਼ਾਕ ਉਹ ਮੇਰੇ ਕੈਮਰਾ ਮੰਮੀ ਮੰਮੀ ਕੈਮਰਾ ਚੱਲਦਾ ਵੀਡੀਓ ਚੱਲਦੀ ਪਿੱਛੇ ਵੀਡੀਓ ਚੱਲਦੀ ਭਾਜੀ ਮੇਰਾ ਕੁੱਟਿਆ ਗਿਆ ਇਹ ਤਾਂ ਚੜ ਦੇ ਧੜਕਣ ਦੀ ਦਵਾਈ ਜੇ ਭਰਾ ਮੈਂ ਮਜ਼ਾਕ ਕਰਦਾ ਤੁਹਾਡੀ ਸੋਹ ਲੱਗੇ ਮਜ਼ਾਕ ਕਰਦਾ ਤੁਹਾਡੀ ਸੋਹ ਸੱਚੀ ਮਜ਼ਾਕ ਕਰਦਾ ਤੂੰ ਸਾੜਿਆ ਮਜ਼ੇ ਲੈਣਾ ਆ ਹੱਸੀ ਜਾਂਦਾ ਇੰਨੀ ਕੁੱਟ ਪਵਾਤੀ ਮੇਰੀ ਮਜ਼ਾਕ ਕਰਦਾ ਤੁਹਾਡੀ ਸੋਹ ਲੱਗੇ ਮਜ਼ਾਕ ਸੀਗਾ ਤੁਸੀਂ ਗੱਡੀ ਦੇ ਬਟਨ ਵੀ ਸਾਰੇ ਹਲਾਤ ਤੇ ਮਾਰ ਮਾਰ ਜੁੱਤੀਆਂ ਮੇਰੀ ਇੰਨੀਆਂ ਜੁੱਤੀਆਂ ਤੁਸੀਂ ਬਚਪਨ ਚ ਨਹੀਂ ਮਾਰੀਆਂ ਜਿੰਨੀ ਅੱਜ ਭਰਾਤੀ ਮੇਰਾ ਸਿਰ ਦੁਖਣ ਲਾਤਾ ਹੁਣ ਮੈਂ ਨਾ ਆਪਣੇ ਕੀ ਹੋਇਆ ਉਹ ਤੁਹਾਡੀ ਸੋ ਮਜ਼ਾਕ ਸੀਗਾ ਘਰ ਜਾਣ ਦਾ ਕੀ ਮਤਲਬ ਕਾਹ ਤੇ ਕੀ ਬਣਨਾ ਚੱਲ ਸਹੀ ਘਰ ਉਹਦੇ ਕੈਮਰਾ ਚੱਲਦਾ ਸੱਚੀ ਮਜ਼ਾਕ ਕੈਮਰੇ ਏਦਾਂ ਦੇ ਮਜ਼ਾਕ ਸੀਗਾ ਯਾਰ ਹੱਦ ਹੋ ਗਈ ਪਹਿਲਾਂ ਸਮਝ ਨਹੀਂ ਸਾਡਾ ਬਾਹਰ ਹੋ ਜਾਵੇ ਤੇਰਾ ਮਜ਼ਾਕ ਬਾਹਣ ਕੀ ਹੋ ਜਾਵੇ ਤੁਹਾਨੂੰ ਦੱਸ ਤਾ ਰੁਪਏ ਉਹਨਾਂ ਕੋਲ ਜੁੱਤੀਆਂ ਮੇਰੇ ਪਈਆਂ ਬਾਹਣ ਤੁਹਾਡਾ ਕਹਦਾ ਹੋਗਾ ਤੁਸੀਂ ਐਵੇਂ ਧੜਕਣ ਦੇ ਕੋਲੇ ਜਿੱਤਣ ਲੱਗ ਪੈਂਦੇ ਸ਼ਰਮ ਨਹੀਂ ਉਹਦੀ ਗੱਲ ਕਰਦੇ ਜੋ ਟੁੱਟੇ ਗੰਦੇ ਮੈਂ ਨਾ ਹੁਣ ਇਹੀ ਚੱਲਿਆ ਨਾਨਕੇ ਤੇ ਚੱਲ ਮੰਮੀ ਦੀ ਤਾਂ ਧੜਕਣ ਹੁਣ ਸੈੱਟ ਆ ਗਈ ਆ ਨਾਨਕੇ ਪਹੁੰਚ ਚੱਲੇ ਆ ਛਿੱਟੇ ਦੇਖੋ ਕਿੰਨੇ ਪਏ ਬਹੁਤ ਜ਼ਿਆਦਾ ਬਾਕੀ ਪਹੁੰਚ ਗਏ ਆਪਾਂ ਮੰਮੀ ਛਿੱਤਰ ਬਹੁਤ ਭਰਾਉਂਦੀ ਹੁੰਦੀ ਆ ਬਾਕੀ ਦੇਖਦੇ ਹਾਂ ਕੀ ਬਣਦਾ ਅੱਜ ਨਾਨਕੇ ਤੇ ਨਾ ਚੱਲੀਏ ਅੰਦਰ ਮਾੜਾ ਕਰੀਏ ਕਲੋਲ ਮਾਮੀ ਨਾ ਮੰਮੀ ਕਹਿਣ ਡੇ ਮਾਮੀ ਨਾ ਜਿੱਤੀ ਹੋਈ ਲਾ ਕੇ ਫੇਰ ਨੀ ਬੜੀ ਆ ਐਵੇਂ ਛੱਡੋ ਕਦੇ ਬੇਇੱਜ਼ਤੀ ਕਰਨੀ ਮੇਰਾ ਨਾ ਸੱਚੀ ਜਿਗਰਾ ਨਹੀਂ ਪੈਣ ਡਿਆ ਮਾਮੀ ਕੋਲ ਜਾਣ ਦਾ ਕਿ ਮਾਮੀ ਨਾਲ ਟੱਚਰ ਕਰੂੰਗਾ ਮਾਮੀ ਨੇ ਜੁੱਤੀ ਮਾਰਨੀ ਨੇ ਇੰਨੀ ਜ਼ੋਰ ਨਾ ਮਾਰਨੀ ਨਾ ਪਾਪਾ ਨਾਲ ਕਰਨਾ ਪਾਪਾ ਉਹਨਾਂ ਦਾ ਕਰ ਲਾਂਗੇ ਪਰ ਮਾਮੀ ਨਾਲ ਕਰਨ ਦਾ ਜਿਗਰਾ ਨਹੀਂ ਪੈਣ ਡਿਆ ਮਾਮੀ ਨੇ ਸੀਰੀਅਸ ਲੈ ਜਾਣਾ ਤੇ ਮਾਮੀ ਨੇ ਕੁੱਟਣਾ ਬਹੁਤ ਆ ਚੰਗਾ ਫਿਰ ਡੈਡੀ ਪੈਰੀ ਪੈਣਾ ਪਿਆਰ ਨਾਲ ਬੋਲਿਆ ਕਰੋ ਤੁਸੀਂ ਗੁੱਸੇ 'ਚ ਬਹੁਤ ਬੋਲਦੇ ਆ ਪਿਆ ਗੋਡੀ ਪੈ ਗਿਆ ਤੁਹਾਡੀ ਕੋਡਾ ਹੋਇਆ ਹੁਣ ਹੱਥ ਨਹੀਂ ਪਹੁੰਚਦਾ ਡੈਡੀ ਚੰਗਾ ਵੀ ਜੀ ਚੰਗਾ ਚਾਚਾ ਜੀ ਓਕੇ ਚਲੋ ਮੰਮੀ ਆਜੋ ਉੱਠ ਚੱਲੀਏ ਕਿਉਂ ਹੋਇਆ ਮੈਂ ਯਾਰ ਮਾਮੀ ਨੇ ਪ੍ਰੈਂਕ ਕਰਨਾ ਸੀਗਾ ਤੇ ਮੰਮੀ ਨੇ ਇੰਨੀ ਕੁ ਖਰਾਬੀ ਕਰਤੀ ਮੰਮੀ ਨੇ ਸਾਰਾ ਕੁਛ ਸਮਝਾ ਦਿੱਤਾ ਪਹਿਲਾਂ ਹੀ ਮਾਮੀ ਨੂੰ ਕਿ ਇਹਨੇ ਜਾਣ ਕੇ ਤੁਹਾਨੂੰ ਏਦਾਂ ਸਦਾਈ ਬਣਾਉਣਾ ਆ ਗੱਲਾਂ 'ਚ ਨਾ ਆਇਓ ਮੰਮੀ ਕਿਉਂ ਏਦਾਂ ਕੀਤਾ ਮੇਰੀ ਮਰਜ਼ੀ ਸਾਰੇ ਥੋੜਾ ਬੇਵਕੂਫ ਬਣਾਉਂਦੇ ਮੈਨੂੰ ਤਾਂ ਬੇਵਕੂਫ ਬਣਾ ਰਿਹਾ ਹੁਣ ਪਾਪਾ ਨਾ ਕਰਨਾ ਹੁਣ ਪਾਪਾ ਨੂੰ ਉਹਨੇ ਦੱਸਿਓ ਮਿਹਨਤ ਆ ਮੰਮੀ ਕਹਿੰਦੇ ਮੈਨੂੰ ਬੇਇੱਜ਼ਤੀ ਫੀਲ ਹੁੰਦੀ ਕਿ ਹੋਰ ਨਾ ਕਿਤੇ ਉਹ ਸੀਰੀਅਸ ਨਾ ਦੱਸਿਓ ਮਿਹਨਤ ਆ ਤੁਹਾਨੂੰ ਸੌਂ ਆ ਮੇਰੀ ਨਾ ਦੱਸਿਓ ਹਲੇ ਤੇ ਕੋਈ ਨਹੀਂ ਹੁੰਦਾ ਹੁਣ ਪਾਪਾ ਨਾ ਕਰਦੇ ਜਾ ਕੇ ਯਾਰ ਸਰਦਾਰ ਸਾਹਿਬ ਨਾ ਕਰਾਂਗੇ ਓਏ ਹੋਏ ਸਰਦਾਰ ਸਾਹਿਬ ਦੀ ਜੁੱਤੀ ਬੜੀ ਸੋਹਣੀ ਆ
ਮੱਜਾ ਹੀ ਆ ਜਾਣਾ ਮੱਜਾ ਹੀ ਅੱਜ ਦੂਜੀ ਪਾਈ ਉਹਨਾਂ ਨੇ ਚਮੜੇ ਦੀ ਪਾਈ ਨਹੀਂ ਨਹੀਂ ਬਦਲਾਉਣੀ ਆ ਸੱਟ ਉਹ ਲੱਗਣੀ ਨਹੀਂ ਨਹੀਂ ਹੁਣ ਨਾ ਮੈਂ ਸਰਦਾਰ ਸਾਹਿਬ ਨਾਲ ਪ੍ਰੈਂਕ ਕਰਨ ਲੱਗਾ ਮੈਂ ਉਹਨਾਂ ਨੂੰ ਸੱਦਿਆ ਬਾਹਰ ਮੈਂ ਕਿਹਾ ਬਾਹਰਲੇ ਕਮਰੇ 'ਚ ਆ ਜਾਓ ਅਤੇ ਜ਼ਰੂਰੀ ਗੱਲ ਕਰਨੀ ਆ ਆ ਗਏ ਆ ਗਏ ਆ ਗਏ ਕੀ ਹੋ ਗਿਆ ਆ ਜਾਓ ਆਪੇ ਗੱਲ ਕਰਨੀ ਇੱਕ ਠੀਕ ਹੈ ਨਹੀਂ ਠੀਕ ਹੈ ਢਿੱਲੇ ਢਿੱਲੇ ਪੜੇ ਰੋਟੀ ਰੋਟੀ ਖਾਣ ਤਿਆਰੀ ਕਰਦੇ ਜਾਣਾ ਵੀ ਪਏ ਮੈਂ ਤਾਂ ਉਹ ਸਾਦਾ ਹੀ ਗੱਲ ਕਰਨੀ ਇੱਕ ਜਿੱਦਾਂ ਕੁੜੀ ਬਾਰੇ ਗੱਲ ਕਰਨੀ ਆ ਮੰਮੀ ਨੇ ਦੱਸਿਆ ਨਹੀਂ ਕੁੜੀ ਹੈ ਇੱਕ ਲੁਧਿਆਣੇ ਦੀ ਹੈ ਅਤੇ ਉਹਨਾਂ ਪਹਿਲਾਂ ਗੱਲ ਕਰਦਾ ਹੁੰਦੇ ਫੋਨ 'ਤੇ ਮੈਂ ਉਹਦੇ ਅਚਾਨਕ ਫੈਨ ਫੋਨ ਬਣੀ ਹੁੰਦੀ ਫੈਨ ਤਾਂ ਚਲੋ ਕੀ ਕਹਿੰਦੇ ਚੋਣ ਵਾਲੇ ਜਿਹੜੇ ਹੁੰਦੇ ਆ ਉਹ ਬਣੀ ਅਤੇ ਹੌਲੀ ਹੌਲੀ ਗੱਲਾਂ ਕਰਦੇ ਰਾਤ ਨੂੰ ਗੱਲਾਂ ਕਰਦਾ ਰਿਹਾ ਲੋਕ ਲੋਕ ਕੇ ਬਾਥਰੂਮ ਜਾ ਗੱਲ ਕਰਨ ਅਤੇ ਫਿਰ ਉਹ ਗੱਲਬਾਤ ਨੂੰ ਵਿਆਹ ਤੱਕ ਪਹੁੰਚੀ ਕੁੜੀ ਬਹੁਤ ਸੋਹਣੀ ਮੈਂ ਮੰਮੀ ਨੂੰ ਵੀ ਦੱਸਿਆ ਮੰਮੀ ਨੇ ਪਹਿਲਾਂ ਸੀਰੀਅਸ ਨਹੀਂ ਲਿਆ ਮੰਮੀ ਮੰਨ ਗਏ ਮੰਮੀ ਸੱਚੀ ਮੰਨ ਗਏ ਧੜਕਣ ਦੀਆਂ ਦੋ ਗੋਲੀਆਂ ਖਾਧੀਆਂ ਮੰਨ ਗਏ ਜਦੋਂ ਇਹ ਲੱਤਰ ਨਹੀਂ ਗਏ ਮੈਂ ਕਿਹਾ ਜਿਹੜਾ ਨਿਆਣੇ ਛੱਡਦਾ ਸਾਡੇ ਕੋਲ ਨਿਆਣੇ ਨਹੀਂ ਨਹੀਂ ਹਰਦੀਪ ਨੂੰ ਵੀ ਮੈਂ ਗੱਲ ਕਰਦਾ ਹੁਣ ਜਾ ਕੇ ਹਰਦੀਪ ਨਾਲ ਵੀ ਭੈਣਾਂ ਬਣ ਕੇ ਰਹਿਣਾ ਤਾਂ ਗੱਲ ਕੀ ਕਿਹਨੂੰ ਹਰਦੀਪ ਨੂੰ ਨਹੀਂ ਦੱਸਣਾ ਹੀ ਪੈਣਾ ਮਾੜਾ ਕਦੀ ਪੀਲੇ ਸਲਾਹ ਨਾ ਨਹੀਂ ਤੁਹਾਨੂੰ ਸਲਾਹ ਕਰਨੀ ਸਲਾਹ ਮੈਂ ਕਿਹਨਾਂ ਕਰਨੀ ਹੈ ਤੇ ਠੀਕ ਹੈ ਉੱਦਾਂ ਉਹ ਠੀਕ ਹੈ ਮੈਨੂੰ ਪੈਰ ਨੂੰ ਦਰਦ ਹੋਇਆ ਕਹਿੰਦਾ ਉੱਦਾਂ ਫਿਰ ਮਿਲਾਵਾਂ ਕੁੜੀ ਨਾਲ ਮੈਂ ਤੁਹਾਨੂੰ ਫਿਰ ਜ਼ਰੂਰੀ ਇਹ ਕਹੋ ਹੁਣ ਕੋਈ ਕਰਾਂ ਉਹਨੇ ਉਦਾਂ ਹੀ ਪਰਚਾ ਪਾ ਦੇਣਾ ਫਿਰ ਸਾਰੇ ਟੱਬਰ ਬੱਚੇ ਤੇਰੇ ਮਾਂ ਪਿਓ ਦਾ ਵੀ ਨਾਂ ਲਿਖਾਉਣਾ ਨਹੀਂ ਉਹ ਕਹਿੰਦੀ ਮੈਨੂੰ ਬਸ ਜੋਰੇ ਤੇ ਜੁਨੀ ਦਾ ਬਹੁਤ ਮੋਹ ਆਉਂਦਾ ਤੁਹਾਡੇ ਲੋਹਾਂ ਤੁਸੀਂ ਹਾਂ ਕਰ ਦੋ ਹਰਦੀਪ ਨੂੰ ਮੈਂ ਉਹਨੇ ਗੱਲ ਕਰ ਲੈਣਾ ਤੁਸੀਂ ਹਾਂ ਕਰ ਦੋ ਮਰਜ਼ੀ ਕਰ ਪੱਕੀ ਹਾਂ ਮੈਂ ਹਾਂ ਨਾ ਕੁਝ ਵੀ ਕਰਾਂ ਤਾਂ ਵਿਆਹ ਕਰਾਂ
ਮੈਂ ਸੋਚਿਆ ਕਿ ਤੁਸੀਂ ਹਾਂ ਕਰਦੇ ਅੱਛਾ ਬਹੁਤ ਵਧੀਆ ਕੰਮ ਹੈ ਕਰਵਾਉਣਾ ਪਿਆ ਕਰਾ ਤੂੰ ਵੋਟਿੰਗ ਆਪੇ ਹੀ ਕਰਾ ਆਪੇ ਹੀ ਮਿਹਨਤ ਕਰਾ ਦਿੰਦਾ ਆਪਾਂ ਹੀ ਕਰਾ ਦਿੰਦਾ ਮਿਹਨਤ ਜੁੱਤੀਆਂ ਜ਼ਰੂਰ ਆਪੇ ਹੀ ਮਿਹਨਤ ਮੈਨੂੰ ਤਾਂ ਆਪ ਸ਼ਾਹ ਦੀ ਗੱਲਾਂ ਕਰਦੇ ਕਿੱਦਾਂ ਰੋਣ ਡਿਆ ਆਪੇ ਹੀ ਰੋਣਾ ਹੀ ਆਪੇ ਹੀ ਉਹ ਵੀ ਵਿਚਾਰੀ ਬਹੁਤ ਆਸਾਨੀ ਮਿਲਿਆ ਲਿਆ ਜੋ ਮਰਜ਼ੀ ਆਪੇ ਹੀ ਨਾਲ ਦੇਖੂਗੇ ਗੱਲ ਸੁਣੋ ਵੀਡੀਓ ਬਣਦੀ ਉਹ ਮਜ਼ਾਕ ਕਰਦਾ ਸੀ ਫੋਨ ਕਿੱਥੇ ਰੱਖਿਆ ਉਹਨੂੰ ਫੜਾਇਆ ਸੀ ਪੈਂਚੂ ਨੂੰ ਉਹ ਸੱਚੀ ਫੋਨ ਚੱਲਦਾ ਸੀਗਾ ਆਪਾਂ ਜੀ ਉਹ ਚੱਲਦਾ ਨਹੀਂ ਮੈਨੂੰ ਪਤਾ ਸਭ ਕੁਝ ਕੀ ਪਤਾ ਚੱਲਦਾ ਕਿੱਥੇ ਨਹੀਂ ਆ ਫੋਨ ਵੀਡੀਓ ਬਣਾਉਣ ਡੇ ਮਜ਼ਾਕ ਕਰਦਾ ਸੀ ਦਿਲ ਤੇ ਨਾ ਲਾਇਓ ਗੱਲ ਉਦਾਂ ਹੀ ਕਰਦੇ ਠੀਕ ਆ ਠੀਕ ਆ ਬਰਾ ਠੀਕ ਪੱਕੀ ਗੱਲ ਠੀਕ ਆ ਬਰਾ ਨਵ ਇਹ ਗੱਲ ਤੈਨੂੰ ਪੁੱਛਣੀ ਆ ਔਨ ਕੈਮਰਾ ਪੁੱਛਣੀ ਆ ਮੈਂ ਵਿਆਹ ਕਰਾਉਣਾ ਯਾਰ ਇੱਕ ਹੋਰ ਹੱਸਣ ਕਾ ਤੇ ਡਿਆ ਤੈਨੂੰ ਪਤਾ ਹੈ ਤਾਂ ਕਰਕੇ ਕਰਾਓ ਕਰਾਓ ਪਾਪਾ ਗੁੱਟੇ ਆਣੀ ਪਾਪਾ ਜੀ ਢਿੱਲੇ ਸੀਗੇ ਯਾਰ ਮੇਰਾ ਨਾ ਪ੍ਰੈਂਕ ਜਿਹੜਾ ਵੀ ਕਹਿ ਲਓ ਫਲੋਪ ਗਿਆ ਹੁਣ ਮੈਂ ਨਾ ਆਪਣੀ ਵਾਈਫ ਤੇ ਅਜਮਾ ਕੇ ਦੇਖਦਾ ਵਾਈਫ ਤੇ ਹੁਣ ਹਰਦੀਪ ਨਾ ਪ੍ਰੈਂਕ ਕਰਕੇ ਦੇਖਦਾ ਕੀ ਗੱਲ ਬਣਦੀ ਹੈ ਕੀ ਨਹੀਂ ਹਰਦੀਪ ਮੈਂ ਗੱਲ ਕਰਨੀ ਇੱਕ ਉਹ ਦੂਜਾ ਆਪਣਾ ਹੈ ਨੀਗਾ ਲੁਧਿਆਣੇ ਲੁਧਿਆਣੇ ਨਾ ਇੱਕ ਕੁੜੀ ਆ ਜਿੱਦਾਂ ਮੈਨੂੰ ਮੇਰੀ ਫੈਨ ਆ ਮਤਲਬ ਫੈਨ ਕਹਿ ਲਓ ਜਾਂ ਮਰ ਐਜ਼ ਅ ਫਰੈਂਡ ਮੇਰੇ ਨਾਲ ਗੱਲ ਕਰਨ ਲੱਗੀ ਸੀ ਜਿੱਦਾਂ ਫੋਨ ਨਹੀਂ ਆ ਜਾਂਦੇ ਅਤੇ ਉੱਦਾਂ ਫੋਨ ਆਉਣ ਲੱਗ ਪਏ ਅਤੇ ਫਿਰ ਹੌਲੀ ਹੌਲੀ ਉਹ ਜਿੱਦਾਂ ਰਾਤ ਨੂੰ ਜਿੱਦਾਂ ਤੂੰ ਸੌਂ ਜਾਣਾ ਤਾਂ ਮੈਂ ਬਾਥਰੂਮ 'ਚ ਜਾ ਕੇ ਗੱਲ ਕਰਨੀ ਉਹਨਾਂ ਤੂੰ ਕਦੇ ਹੱਸਣ ਡਈ ਆ ਹੱਸੀ ਕਿਉਂ ਮੈਂ ਸੀਰੀਅਸ ਗੱਲ ਕਰਦਾ ਤੈਨੂੰ ਹਾਸਾ ਆਉਣ ਡਿਆ ਤੈਨੂੰ ਹਾਸਾ ਕਾਤੇ ਆਉਂਦਾ ਮੇਰੀ ਗੱਲ ਸੁਣ ਬਾਅਦ 'ਚ ਮੈਂ ਮੰਮੀ ਨਾਲ ਗੱਲ ਕਰਿਆ ਪਾਪਾ ਨਾਲ ਕਰਿਆ ਅਤੇ ਇੰਨਾ ਮੈਂ ਗੱਲ ਕਰਨੀ ਮੈਂ ਤੈਨੂੰ ਫਿਰ ਬਾਅਦ 'ਚ ਇਹ ਨਾ ਕਿ ਉਹ ਨਾ ਕੋਈ ਗੱਲ ਲਕੋ ਰੱਖਿਆ ਪੜਦਾ ਰੱਖਿਆ ਹੱਸਣ ਵਾਲੀ ਗੱਲ ਨਹੀਂ ਗੀ ਹਰਦੀਪ ਉਹ ਕੁੜੀ ਕਹਿੰਦੀ ਆ ਕਿ ਮੈਂ ਅਜੂਨੀ ਨੂੰ ਵੀ ਸਾਂਭ ਲੂੰਗੀ ਜੋਰੇ ਨੂੰ ਵੀ ਸਾਂਭ ਲੂੰਗੀ ਤੂੰ ਹੱਸੀ ਜਾਂਦੀ ਆ ਹੱਸਣ ਕਿਉਂ ਡਈ ਆ ਇੰਨਾ ਦੱਸਦੇ ਬਸ ਤੂੰ ਹੱਸਣ ਕਿਉਂ ਡਈ ਆ ਉੱਲੂ ਮੈਂ ਕੀ ਬਣਾਉਣਾ ਤੂੰ ਇਹ ਦੱਸ ਮੈਂ ਸੀਰੀਅਸ ਕਹਿਣਾ ਜਦੋਂ ਤੂੰ ਗੱਲ ਸੁਣ ਇੱਕ ਵਾਰ ਆਪਣਾ ਸ਼ੀਸ਼ੇ 'ਚ ਮੂੰਹ ਦੇਖ ਲਓ ਫਿਰ ਮੇਰੇ ਨਾਲ ਗੱਲ ਕਰੋ ਸ਼ੀਸ਼ੇ 'ਚ ਮੂੰਹ ਦੇਖ ਲਵਾਂ ਫਿਰ ਤੇਰੇ ਨਾਲ ਗੱਲ ਕਰਾਂ ਹਾਂਜੀ ਤਾਂ ਤੂੰ ਕਿਹੜੇ ਮੂੰਹ ਤੇ ਡੁੱਲ ਗਈ ਨਹੀਂ ਇਹ ਨਹੀਂ ਮੇਰਾ ਮਤਲਬ ਕਿ ਤੁਹਾਡਾ ਮੂੰਹ ਨਹੀਂ ਸੋਹਣਾ ਹਾਂ ਬੰਦਾ ਝੂਠ ਵੀ ਹਿਸਾਬ ਦਾ ਬੋਲੇ ਝੂਠ ਹਿਸਾਬ ਦਾ ਨਹੀਂ ਮੈਂ ਸੱਚ ਬੋਲਣ ਡਿਆ ਆ ਚੱਲ ਨਾਰਮਲ ਜੀ ਗੱਲ ਆ ਮੈਂ ਤੈਨੂੰ ਇਹ ਪੁੱਛ ਲੈਣਾ ਚੱਲ ਠੀਕ ਹੈ ਤੈਨੂੰ ਮਜ਼ਾਕ ਲੱਗਦਾ ਮੈਂ ਕੁਛ ਨਹੀਂ ਕਹਿੰਦਾ ਹੈਨਾ ਅੱਛਾ ਮਜ਼ਾਕ ਆ ਤਾਂ ਮਜ਼ਾਕ ਸੀ ਜੇ ਮੈਂ ਕੱਲ੍ਹ ਤੈਨੂੰ ਉਹਨੂੰ ਮਿਲਾ ਲਿਆ ਵਾ ਫਿਰ ਹੱਸ
ਨਾਮ ਕੀ ਕਰੇ ਦੱਸ ਉਹਨੂੰ ਦੱਸਿਆ ਹੋਇਆ ਅਜੂ ਨੂੰ ਚੁੱਪ ਕਰ ਅਜੂ ਨੀ ਪੁੱਤ ਚੁੱਪ ਕਰੇ ਤੇ ਦੂਜੀ ਮੰਮੀ ਬਾਰੇ ਗੱਲ ਕਰਦੇ ਸਾਰੇ ਹੱਸਣ ਡੇ ਪੁੱਤ ਬਹੁਤ ਸੋਹਣੀ ਆ ਪੁੱਤ ਹਰਦੀਪ ਮੈਂ ਤੈਨੂੰ ਯਾਰ ਬਸ ਕਰੋ ਇੰਦੇ ਕਿਉਂ ਬਸ ਕਰਾਂ ਕਿੱਦਾਂ ਨਹੀਂ ਹੋ ਸਕਦਾ ਹੋਇਆ ਹੈ ਨਾ ਹਾਂ ਮੈਨੂੰ ਪੂਰਾ ਯਕੀਨ ਹੈ ਤੁਹਾਡੇ ਤੇ ਹਰ ਨੂਰ ਹੈ ਉਹਦਾ ਨਾ ਹਰਨੂਰ ਕੌਰ ਬਰਾੜ ਹਾਂ ਬਸ ਨਾ ਬੜਾ ਸੋਹਣਾ ਲੱਭ ਕੇ ਲਿਆਂਦਾ ਨਾ ਸੋਹਣਾ ਕੁੜੀ ਦੇਖੀ ਬਹੁਤ ਸੁਨੱਖੀ ਆ ਬਸ ਕਰ ਬਸ ਜੇ ਅੱਜ ਮੈਂ ਜੋ ਦੱਸਣਾ ਹੀ ਦੱਸਤਾ ਬਾਅਦ ਚ ਮੈਨੂੰ ਨਾ ਕਹੀਂ ਤੂੰ ਝੂਠਾ ਆ ਤੂੰ ਏਦਾਂ ਆ ਜਾਂ ਤੂੰ ਓਦਾਂ ਆ ਤੂੰ ਅੜਾਮੇ ਨਾ ਦੀ ਨਹੀਂ ਦਿੰਦੀ ਪੱਕੀ ਗੱਲ ਹੈ ਪੱਕੀ ਗੱਲ ਹੈ ਮੈਨੂੰ ਮੈਂ ਕਿਹਾ ਪੂਰਾ ਯਕੀਨ ਹੈ ਤੁਹਾਡੇ ਤੇ ਅੱਛਾ ਜੀ ਹਾਂਜੀ ਚਲੋ ਵੇ ਲਵ ਯੂ ਆਏ ਇਹ ਤਾਂ ਦਿਲ ਜਿਹਾ ਜਿੱਤ ਲਿਆ ਕੈਮਰਾ ਚੱਲਦਾ ਸੀਗਾ ਮੈਂ ਅੱਗੇ ਕਹਿੰਦੀ ਸੀ ਮੈਨੂੰ ਪਾਗਲ ਬਣਾਉਣ ਦੇ ਪਾਗਲ ਬਣਾਉਣ ਡੇ ਪਰ ਹਰਨੂਰ ਯਾਰ ਇਹਨੂੰ ਕਹਿੰਦੇ ਅਸਫਲ ਪ੍ਰੈਂਕ ਪ੍ਰੈਂਕ ਵੀਡੀਓ ਬਣਾਉਣ ਡੇ ਹਾਂ ਮੰਮੀ ਨਾਲ ਵੀ ਕੀਤਾ ਮੰਮੀ ਨੇ ਮੈਨੂੰ ਕੁੱਟਿਆ ਸਾਰਿਆਂ ਨੂੰ ਯਕੀਨ ਆ ਗਿਆ ਨਾ ਮੰਮੀ ਨੂੰ ਆ ਗਿਆ ਮੰਮੀ ਨੂੰ ਲੱਗਾ ਸੱਚੀ ਗੱਲ ਪਾਤਾ ਹੋਊ ਚੱਲ ਤੈਨੂੰ ਨਹੀਂ ਆਇਆ ਉਹ ਵਧੀਆ ਗੱਲ ਆ ਤੇ ਬਾਕੀ ਆ ਜਾ ਅਜੂ ਨੀ ਗੱਲ ਕਰੀ ਆ ਜਾ ਮੇਰਾ ਪੁੱਤ ਆ ਗਿਆ ਕਰੋ ਕਿ ਮੈਂ ਕਿਸੇ ਨੂੰ ਲੱਖ ਰੁਪਇਆ ਦੇਤਾ ਕਿਸੇ ਨੂੰ ਲੱਖਾਂ ਦੇ ਗਿਫਟ ਦੇਤੇ ਕੁੜੀਆਂ ਵਾਲੇ ਤੇ ਕਿੰਨਾ ਯਕੀਨ ਕਰੋ ਤਾਂ ਲੱਖਾਂ ਦੇ ਗਿਫਟ ਨੇ ਜਿਹੜਾ ਤੁਸੀਂ ਕੁਝ ਕਹਿਣਾ ਅੱਗੇ ਦਿੰਨਾ ਨਹੀਂ ਗਿਫਟ ਕਿਸੇ ਨੂੰ ਮੇਰੇ ਕਹਿਣ ਦਾ ਮਤਲਬ ਚਲੋ ਇੱਕ ਵਾਰੀ ਤੁਹਾਨੂੰ ਗਾਲਾਂ ਤੇ ਪੈ ਹੀ ਜਾਂਦੀਆਂ ਗਾਲਾਂ ਕਿ ਤੋਂ ਮੰਮੀ ਨਾਲ ਮੰਮੀ ਹਣਾ ਅੱਛਾ ਅੱਛਾ ਜੀ ਦੇਖੋ ਜੀ ਜੋ ਮੇਰੇ ਤੋਂ ਬਣਦਾ ਸੀ ਬੋਮ ਬਣਦਾ ਸਰਦੇ ਉਹ ਮੈਂ ਕਰ ਲਿਆ ਇਹ ਸਾਡਾ ਢੀਲ ਟੱਬਰ ਇੱਕ ਗੱਲ ਆ ਮੂੰਹ ਦਾ ਜਿੰਨਾ ਮਰਜ਼ੀ ਕੌੜਾ ਹੋਵਾਂ ਪਰ ਦਿਲ ਦਾ ਇੰਨਾ ਸਾਫ਼ ਆ ਸਾਰੀਆਂ ਭੈਣਾਂ ਮੰਨੀਆਂ ਹੋਈਆਂ ਆਪਣੀ ਵੋਟੀ ਤੋਂ ਬਿਨਾਂ ਹਰਨੂਰ ਕੌਰ ਬਰਾੜ ਐਵੇਂ ਬਦਨਾਮ ਹੋ ਗਈ ਮੈਂ ਨਹੀਂ ਕਿ ਹਰਨੂਰ ਕੌਰ ਬਰਾੜ ਨੂੰ ਜਾਣਦਾ ਜੇ ਹੈ ਵੀ ਆ ਤਾਂ ਮੇਰੀ ਭੈਣ ਆ ਅਤੇ ਚਲੋ ਬਸ ਮੈਂ ਇਹਦਾ ਐਂਡ ਹੁੰਦਾ ਜੀ ਮੈਂ ਕਿਹਾ ਸਾਰਾ ਦਿਨ ਵੇਸਟ ਮੇਰਾ ਗੱਲ ਕੁਛ ਵੀ ਨਹੀਂ ਬਣੀ ਕੁਛ ਵੀ ਨਹੀਂ ਬਣੀ ਦਮ ਨਹੀਂ ਗਾ ਵਿਆਹ ਕਰਾਉਣਾ ਨੀ ਕਰਾ ਸਕਦਾ ਚਾਲ ਚੱਲਣ ਕਿਹੜੀ ਕੁੜੀ ਨਾ ਹਰਨੂਰ ਕੌਰ ਬਰਾੜ ਨਾ ਅੱਛਾ ਤੂੰ ਦੱਸ ਤੈਨੂੰ ਤੈਨੂੰ ਨਵੀਂ ਮੰਮਾ ਚਾਹੀਦੀ ਆ ਹਰਦੀਪ ਮੰਮੀ ਚਾਹੀਦੀ ਆ ਅੱਛਾ ਗੱਲ ਤਾਂ ਸੁਣ ਗੱਲ ਤਾਂ ਸੁਣ ਡੈਡਾ ਨੂੰ ਕਿੰਨਾ ਪਿਆਰ ਕਰਦਾ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਕਰ ਦੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਵੀਡੀਓ ਨੂੰ ਲਾਈਕ ਕਰ ਲਿਓ ਭਾਵੇਂ ਵੀਡੀਓ ਜਿੱਦਾਂ ਦੀ ਮਰਜ਼ੀ ਹੈ ਲਾਈਕ ਕਰ ਦਿਓ ਗੱਲ ਹੀ ਨਹੀਂ ਸੁਣ ਰਿਹਾ ਕੋਈ ਮੇਰੀ ਦੁਰ ਫਿੱਟੇ ਮੂੰਹ ਮੇਰੇ ਬਲੌਗ ਬਣਾਉਣ ਤੇ ਦੁਰ ਫਿੱਟੇ ਮੂੰਹ ਮੇਰੇ ਕੈਮਰੇ ਇੱਕ ਆ ਪੈਰਾਂ ਪਰ ਬੈਠਾ ਹੈ ਖੜੇ ਹੋਏ ਨੇ ਹੈ ਹਾਏ ਇਹ ਟੋਰੀ ਸਵੇਰੇ ਹੁਣ ਬਣਦੀ ਨਹੀਂ ਗੱਲ ਵਧੀਆ ਹੁਣ ਕਿਹੜਾ ਟੋਰ ਨਹੀਂ ਸਕਦਾ ਕੋਈ ਨਵ ਵੀ ਕਰਦਾ ਨਾ ਹਾਂ ਜੇ ਪ੍ਰੈਂਕ ਨਵ ਤੇਰੇ ਨਾਲ ਕਰਦਾ ਤੈਨੂੰ ਗੁੱਸਾ ਆਉਣਾ ਹੈ ਮੈਂ ਤੇ ਜੁੱਤੀਆਂ ਫੇਰ ਫੇਰ ਦਾ ਬੁਰਾ ਹਾਲ ਕੀਤਾ ਹੋਣਾ ਜੁੱਤੀਆਂ ਫੇਰ ਫੇਰ ਵਾਕੇ ਤੇਰਾ ਬੁਰਾ ਹਾਲ ਹੋ ਜਾਣਾ ਇਹ ਹਾਂ ਇਹਨਾਂ ਨਕੰਮਾ ਟੌਪਿਕ ਚੁਣਿਆ ਯਾਰ ਟੌਪਿਕ ਲੋਕੀ ਦਿੰਦੇ ਟੌਪਿਕ ਮੈਂ ਕੀ ਚੁਣਨ ਵਾਲਾ ਹੁੰਦਾ ਇੰਨੀ ਬੇ ਯਾਰ ਦੋਸਤੋ 6-7 ਸਾਲਾਂ ਦੇ ਤੁਹਾਨੂੰ ਚੇਤਾ ਨਹੀਂ ਆਇਆ ਗੱਲਾਂ ਕਰਨ ਇੱਕਦਮ ਹੀ ਤੁਹਾਡੀ ਗਰਲਫ੍ਰੈਂਡ ਉੱਠ ਗਈ 6 ਸਾਲਾਂ ਕਹਿੰਦੀ ਚੇਤਾ ਨਹੀਂ ਆਇਆ ਇੱਕਦਮ ਗਰਲਫ੍ਰੈਂਡ ਕੱਲ ਰਾਤੀ ਤੇ ਨਾ ਦੱਸਣ ਲਈ ਤੇ ਕਿੰਨੀਆਂ ਕੁੜੀਆਂ ਬਲੌਕ ਕੀਤੀਆਂ ਨੇ ਕੁੜੀਆਂ ਜਿਹੜੀਆਂ ਮੈਨੂੰ ਗਲਤ ਮੈਸੇਜ ਕਰਦੇ ਮੈਂ ਬਲੌਕ ਕਰ ਦਿੰਦਾ ਹੁੰਦਾ ਮੇਰੇ ਫੋਨ ਤੋਂ ਫੜ ਕੇ ਵੀ ਨਜਾਇਜ਼ ਹੀ ਬਲੌਕ ਕਰੀ ਜਾਂਦੇ ਆ ਨਾ ਨੂੰ ਜੇ ਨਾ ਨਾ ਨੂੰ ਕੋਈ ਨਾ ਨੂੰ ਕੋਈ ਮੈਸੇਜ ਕਰੇ ਕੁੜੀ ਨਾ ਕਿ ਦਿਲ ਦੁਲ ਭੇਜੇ ਮੈਂ ਉਹ ਵੀ ਬਲੌਕ ਕਰ ਦਿੰਦਾ ਮੈਂ ਕਿਹਾ ਇਹਨੂੰ ਵੀ ਨਹੀਂ ਵਿਗਾੜਨਾ ਅਜੂ ਨੀ ਤੂੰ ਕੀ ਕਰਨਾ ਬੁੱਗੇ ਹੱਸਣਾ ਹੀ ਆ ਬਸ ਚਲੋ ਬਾਏ ਜੀ ਸੋਰੀ ਗਾਂ ਤੋਂ ਵਧੀਆ ਟੌਪਿਕ ਲੈ ਕੇ ਆਵਾਂਗੇ